ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਮੈਂ ਹੀਨਾ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਚੈਨਲ ਦੇ ਥਰੂ ਤੁਹਾਡੇ ਤੱਕ ਅਪਡੇਸ਼ਨਸ ਪਹੁੰਚਾਉਂਦੇ ਰਹਿੰਦੇ ਹਾਂ ਟੂਰਿਸਟ ਵੀਜ਼ਾ ਦੇ ਨਾਲ ਰਿਲੇਟਿਡ। ਸੋ ਅੱਜ ਦਾ ਸ਼ੋਅ ਮੇਰਾ ਸਪੈਸੀਫਿਕ ਹੈ ਉਹਨਾਂ ਕਲਾਇੰਟਸ ਦੇ ਲਈ ਜੋ ਟੂਰਿਸਟ ਵੀਜ਼ਾ ਤੇ ਲੈਣਾ ਚਾਹੁੰਦੇ ਹੀ ਨੇ ਪਰ ਟੂਰਿਸਟ ਵੀਜ਼ਾ ਨੂੰ ਕਨਵਰਟ ਵੀ ਕਰਵਾਉਣਾ ਚਾਹੁੰਦੇ ਨੇ ਵਰਕ ਪਰਮਿਟ ਦੇ ਵਿੱਚ। ਸੋ ਬੇਸਿਕਲੀ ਅੱਜ ਦੇ ਸਾਰੇ ਸ਼ੋਅ ਦੇ ਵਿੱਚ ਮੈਂ ਉਹਨਾਂ ਡਿਟੇਲਸ ਬਾਰੇ ਹੀ ਦੱਸਾਂਗੀ। ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਕੈਨੇਡਾ ਦਾ ਟੂਰਿਸਟ ਵੀਜ਼ਾ ਇਸ ਟਾਈਮ ਤੇ ਬਹੁਤ ਹੀ ਅੱਛਾ ਸਕਸੈਸ ਰੇਟ ਦੇ ਰਿਹਾ ਹੈ। ਜਿਨ੍ਹਾਂ ਵੀ ਲੋਕਾਂ ਨੇ ਹਾਲੇ ਤੱਕ ਆਪਣੀ ਪ੍ਰੋਫਾਈਲ ਅਪਲਾਈ ਨਹੀਂ ਕੀਤੀ ਉਹ ਆਪਣੀ ਫਾਈਲ ਅਪਲਾਈ ਵੀ ਕਰਨ ਔਰ ਵੀਜ਼ਾ ਵੀ ਲੈਣ। ਬਾਕੀ ਅਗਰ ਤੁਹਾਡੇ ਡਾਕੂਮੈਂਟੇਸ਼ਨ 'ਚ ਕੋਈ ਕਮੀ ਹੋਏਗੀ ਉਹਦੇ ਬਾਰੇ ਸਾਡੀ ਐਕਸਪਰਟ ਟੀਮ ਤੁਹਾਨੂੰ ਗਾਈਡ ਕਰਦੀ ਰਹੇਗੀ। ਦੂਸਰਾ, ਜਿਨ੍ਹਾਂ ਨੂੰ ਵੀਜ਼ਾ ਮਿਲ ਗਿਆ ਜਾਂ ਜਿਨ੍ਹਾਂ ਨੂੰ ਵੀਜ਼ਾ ਮਿਲੇਗਾ ਉਹਨਾਂ ਦੇ ਲਈ ਕੀ ਪ੍ਰੋਸੈਸ ਰਹੇਗਾ। ਜਦੋਂ ਵੀ ਅਸੀਂ ਕੈਨੇਡਾ ਦਾ ਵੀਜ਼ਾ ਲੈਂਦੇ ਹਾਂ ਸਾਨੂੰ ਪਾਸਪੋਰਟ ਦੀ ਵੈਲਿਡਿਟੀ ਜਿੰਨਾ ਟੂਰਿਸਟ ਵੀਜ਼ਾ ਗ੍ਰਾਂਟ ਹੁੰਦਾ ਮਲਟੀਪਲ, ਜਿਹਦੇ ਵਿੱਚ ਅਸੀਂ 6 ਮਹੀਨੇ ਦੀ ਸਟੇ ਲੈਣੀ ਹੁੰਦੀ ਹੈ। ਫਸਟ ਟਾਈਮ ਕਈ ਵਾਰ ਲੋਕ ਫਸਟ ਟਾਈਮ 'ਚ ਕਨਵਰਟ ਕਰਵਾ ਲੈਂਦੇ ਨੇ, ਕਈ ਵਾਰ ਲੋਕ ਦੇਖਦੇ ਨੇ ਕਿ ਸ਼ਾਇਦ ਅਗਰ ਇੰਡੀਆ 'ਚ ਸੈਟਲਮੈਂਟ ਨਾ ਹੋਈ ਤਾਂ ਬਾਅਦ ਵਿੱਚ ਕਰਵਾਵਾਂਗੇ। ਸੋ ਉਹਦਾ ਪ੍ਰੋਸੈਸ ਕੀ ਰਹਿੰਦਾ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਸਟੇ ਦੀ ਡੋਰੇਸ਼ਨ ਥੋੜ੍ਹੀ ਜਿਹੀ ਜ਼ਿਆਦਾ ਕਰਵਾਉਣੀ ਪੈਂਦੀ ਹੈ। ਉੱਥੇ ਤੁਸੀਂ ਆਪਣੇ ਵਕੀਲ ਦੇ ਥਰੂ ਆਪਣੇ ਸਟੇ ਦੀ ਡੋਰੇਸ਼ਨ ਥੋੜ੍ਹੀ ਜਿਹੀ ਜ਼ਿਆਦਾ ਕਰ ਲਓਗੇ। ਉਸ ਤੋਂ ਬਾਅਦ ਤੁਸੀਂ ਸਲਿਸਟਰ ਵਕੀਲ ਦੀ ਹੈਲਪ ਦੇ ਨਾਲ ਹੀ ਫਾਈਲ ਨੂੰ ਕਨਵਰਟ ਕਰਵਾਓਗੇ ਵਰਕ ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਚਾਹੀਦਾ ਹੋਏਗਾ ਵਰਕ ਦੇ ਲਈ ਸਪੋਂਸਰ, ਜੋ ਤੁਹਾਨੂੰ ਸਪੋਂਸਰ ਲੈਟਰ ਦੇਵੇਗਾ ਵਰਕ ਦੀ, ਜਿਹਦੇ ਥਰੂ ਤੁਹਾਡਾ ਵੀਜ਼ਾ ਕਨਵਰਟ ਹੋਏਗਾ ਟੂਰਿਸਟ ਟੂ ਵਰਕ ਵੀਜ਼ੇ ਦੇ ਅੰਡਰ। ਸੋ ਇਸੇ ਤਰੀਕੇ ਦੇ ਨਾਲ ਤੁਹਾਡੀ ਫਾਈਲ ਉੱਥੇ ਵੀ ਲੱਗੇਗੀ, ਤੁਹਾਡਾ ਇੱਕ ਹੋ ਸਕਦਾ ਇੰਟਰਵਿਊ ਵੀ ਹੋਏ। ਇਹਦੇ ਵਿੱਚ ਬਹੁਤ ਸਾਰੀਆਂ ਜੋਬਸ ਰਹਿੰਦੀਆਂ ਨੇ, ਲੇਬਰ ਵੀ ਰਹਿੰਦੀਆਂ ਨੇ, ਪ੍ਰੋਫੈਸ਼ਨਲ ਵੀ ਰਹਿੰਦੀਆਂ ਨੇ। ਪ੍ਰੋਫੈਸ਼ਨਲ ਦੇ ਵਿੱਚ ਚਾਂਸਿਸ ਹੁੰਦੇ ਆ ਕਿ ਤੁਹਾਡੀ ਇੰਟਰਵਿਊ ਵੀ ਹੋਏ ਔਰ ਲੇਬਰ ਦੇ ਵਿੱਚ ਬਹੁਤ ਮਿਨੀਮਮ ਚਾਂਸਿਸ ਹੁੰਦੇ ਆ ਕਿ ਤੁਹਾਡੀ ਇੰਟਰਵਿਊ ਹੋਏ। ਸੋ ਵੀਜ਼ਾ ਕਨਵਰਟ ਵੀ ਹੋ ਜਾਂਦਾ ਹੈ। ਤੁਸੀਂ ਬਹੁਤ ਸਾਰੇ ਕੇਸਿਸ ਦੇਖੇ ਵੀ ਹੋਣਗੇ ਕਿ ਕਈ ਲੋਕ ਟੂਰਿਸਟ ਵੀਜ਼ਾ ਲੈ ਕੇ ਗਏ, ਉਸ ਤੋਂ ਬਾਅਦ ਉਹਨਾਂ ਨੇ ਵਰਕ ਦੇ ਵਿੱਚ ਕਨਵਰਟ ਕਰਵਾਇਆ। ਬਾਕੀ ਡੀਪਲੀ ਡਿਟੇਲਸ ਦੇ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਕਰੋ ਜੋ ਕਿ ਸਕਰੀਨ ਤੇ ਆ ਰਿਹਾ ਹੈ 7965 7965। ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਅਪਡੇਸ਼ਨਸ ਹਨ ਅਸੀਂ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।